ਸਰਦਾਰ ਪਾਲ ਸਰਦਾਰ ਭਗਵੰਤ ਸਿੰਘ ਜੀ ਮਾਤਾ ਪ੍ਰਕਾਸ਼ ਕੌਰ ਦੇ ਪਿਤਾ ਰਾਮ ਚੰਦ ਜੀ ਦੇ ਘਰ 1965 ਵਿੱਚ ਪਿੰਡ ਹਾਲਟਾ ਦੇ ਵਿੱਚ ਜਨਮੇ ਜੀ ਬੀਏ ਕਰਨ ਤੋਂ ਉਪਰੰਤ ਫਿਰ ਨੌਕਰੀ ਕਰਨ ਚੱਲ ਪਏ ਸਾਲ ਕਿਹਨੇ ਆਰਮੀ ਦੇ ਵਿੱਚ ਵੀ ਲਾਇਆ ਕਿ ਟ੍ਰੇਨਿੰਗ ਕੀਤੀ ਕਿਉਂਕਿ ਇਹ ਪਰਿਵਾਰ ਸੰਤਾਂ ਮਹਾਂਪੁਰਖਾਂ ਦੇ ਦਰਬਾਰ ਦੇ ਨਾਲ ਕਾਫੀ ਸਾਰੀ ਬਾਬਾ ਸੰਤੋਖ ਦਾਸ ਜੀ ਦੇ ਦਰਬਾਰ ਦੇ ਨਾਲ ਜੁੜਿਆ ਸੀ ਬਹੁਤੀ ਗੋਲੀ ਚਲਾਉਣੀ ਇਹਨੂੰ ਪਸੰਦ ਨਹੀਂ ਸੀ ਇਹਨੇ ਫਿਰ ਆਰਮੀ ਦੀ ਨੌਕਰੀ ਛੱਡ ਦਿੱਤੀ ਫਿਰ ਘਰ ਵਿਹਲਾ ਹੀ ਹੋ ਗਿਆ ਫਿਰ ਸਮਾਂ ਆਇਆ ਤੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਗਿਆ ਜਿਹੜੀ ਇਹਦੀ ਸਰਵਿਸ ਵਾ ਆਮ ਤਾਂ ਤੁਸੀਂ ਕਹਿੰਦੇ ਪੁਲਿਸ ਵਾਲੇ ਇੱਦਾਂ ਹੁੰਦੇ ਇੱਦਾਂ ਹੁੰਦੇ ਉੱਦਾਂ ਹੁੰਦੇ ਆ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਜਿੱਥੇ ਵੀ ਗਿਆ ਉੱਥੇ ਪ੍ਰੇਮ ਪਿਆਰ ਭਰਾਵਾਂ ਵਾਂਗੂ ਰਿਹਾ ਚਾਹੇ ਮਾਲਪੁਰ ਰਿਹਾ ਜ਼ਿਆਦਾ ਇਹਦੀ ਸਰਵਿਸ ਆ ਚੱਬੇ ਵਾਲੀ ਆ ਪਿੰਡ ਦੇ ਨੇੜੇ ਸਰਵਿਸ ਕਰਨੀ ਬਹੁਤੇ ਔਖੀ ਆ ਕਿਉਂਕਿ ਸਿਫਾਰਿਸ਼ਾਂ ਹੀ ਮਾਰ ਲੈਣੀਆਂ ਪਰ ਭਗਵੰਤ ਮਾਨ ਜੀ ਇੱਕੋ ਹੀ ਗੱਲ ਸੀ ਉਹਨਾਂ ਦਾ ਬੋਲਣ ਲੈ ਜਾ ਉਹ ਕਾਕਾ ਬਹਿ ਜਾ ਭਾਅ ਜੀ ਦੱਸੋ ਕੀ ਗੱਲ ਭੈਣ ਜੀ ਕੀ ਗੱਲ ਵਾ ਰਿਸ਼ਤੇਦਾਰੀ ਆ ਚਾਹੇ ਮਿੱਤਰ ਸੱਜਣ ਚਾਹੇ ਆਮ ਆ ਚਾਹੇ ਖਾਸ ਆ ਜਾਣੀ ਹਰ ਇੱਕ ਦੇ ਨਾਲੇ ਬਹੁਤ ਚੰਗੇ ਔਰ ਸੁਚੱਜੇ ਢੰਗ ਦੇ ਨਾਲ ਮਿਲਦਾ ਸੀ ਇਹ ਇਨਸਾਨ ਦੇ ਵਿੱਚ ਹੋਣਾ ਵੀ ਚਾਹੀਦਾ ਉਹ ਵੀ ਜਿਹੜਾ ਕੁੱਤਿਆਂ ਵੇਲਿਆਂ ਨੂੰ ਆਪਣੇ ਬੱਚੇ ਨਾਲ ਪਿਆਰ ਕਰਦਾ ਦੂਜੇ ਨਾਲ ਕਰਦਾ ਨਹੀਂ ਉਹ ਇਨਸਾਨ ਵੀ ਕਾਹਦਾ ਕਰਦਾ